हाँ जी, जिन्हें भी रब्बों ब्लॉग्स देख रहे ने सारे नु प्यार भरी सत श्री अकाल। अज आप लैके आए हैं मेरा पिंड पार्ट टू। जिन्होंने हजे तक चैनल नु नहीं सबसक्राइब करया वो सबसक्राइब कर लो ता कि सानू हरेक ब्लॉग की अपडेट मिलती रहे। आ जाओ अगे आप पिंड घूमते हैं। पहुंचे हैं जी बाबे की निम ते, यानी निम वाले दरवाजे ते। इत्थे हुण जिहड़ा नवां हनुमान का मंदिर बनाया जा रहा पिंड वल्लों वो भी दिखाउने आ। आ गए आपां बाबे दी निम ते। वैसे सुक गई आ हुण इह, पहलां बहुत वड्डी निम सीगी इह। इहदा इतिहास की आ वो भी तुहानूं दस्सांगे अगले ब्लॉगां दे विच। इह बाबे दी निम आ जिथे छोटे जवाकों नूं लिआंदा जांदा ते उहनां नूं गेड़े कढ़ाए जांदे ने आले दुआले निम दे, तां कि उह मिट्टी ना खाण। जिहड़े बच्चे मिट्टी खांदे ने उह मिट्टी खाणों हट जांदे ने। लक्ष्मण दास बाबा जी दी निम आ इह। सुक गई हुण तां, पहलां बहुत वड्डी निम हुंदी सीगी। ते उरी नाल खूह भी, इक पिंड दे विच खूह भी। वैसे मैनूं क्लीयर नहीं पर 7 या 8 खूह ने जिहड़े साडे पिंड दे विच सीगे, ते उहनां विचों कुझ कु हुण हैगे बाकी बंद हो गए ना। इक तां खूह हैगा इह, तुहानूं मैं दिखाउणा नेड़े जा के। ਇੱਟਾ ਕਿਹਾ ਹੋਇਆ ਵੀ ਕਈ ਵਾਰ ਕੋਈ ਬੱਚਾ ਬੁੱਚਾ ਜਾਂ ਕੋਈ ਕੁੱਤਾ ਜਾਨਵਰ ਕੋਈ ਡਿੱਗ ਜਾਂਦਾ ਵਿੱਚ। ਹੁਣ ਆਪਾਂ ਦੁਆ 'ਚੋਂ ਚੱਲਾਂਗੇ ਪਿੰਡ ਦੀਆਂ ਗਲੀਆਂ। ਧਰਮਸ਼ਾਲਾ ਨੇ ਇੱਕ ਆਹ ਧਰਮਸ਼ਾਲਾ, ਇਹਦਾ ਵੀ ਕੰਮ ਚੱਲ ਰਿਹਾ। ਇਹ ਨੇ ਪਿੰਡ ਦੀਆਂ ਕੁਝ ਕੁ ਪੁਰਾਣੀਆਂ ਗਲੀਆਂ। ਇੱਥੇ ਹੁਣ ਟਾਇਲਟ ਲੱਗ ਗਈ। ਸਾਰੇ ਪਿੰਡ ਦੇ ਵਿੱਚ ਜਿਹੜੀ ਟਾਇਲਟ ਲੱਗੀ ਹੋਈ ਆ, ਸਾਰੀਆਂ ਗਲੀਆਂ ਦੇ ਵਿੱਚ ਜਿੰਨੀਆਂ ਵੀ ਆ ਗਲੀਆਂ ਨੇ ਸਾਰੀਆਂ 'ਚ ਟਾਇਲਟ ਲੱਗੀ ਹੋਈ ਆ। ਅਤੇ ਇੱਕ ਪਿੰਡ ਦੇ ਵਿਚਾਲ ਸੀ ਸੜਕ ਨਹੀਂ ਗਈ ਆ। चक लो आ करी मेरे गड्डी साइड दे। इधर नहीं चली ना, इधर अंदर अंदर अंदर। सीधा पाउणा पिपल आले दरवाजे नहीं खड़ा जी, उधरों ਵਿਹੜੇ 'ਚ ਹੁੰਦੇ ਹੋਏ ਆਪਾਂ ਉਹ ਸੜਕ 'ਤੇ ਆਵਾਂਗੇ। ਇਹ ਸਭ ਤੋਂ ਜਿਹੜੀ ਸਾਡੀ ਪਿੰਡ ਤੰਗ ਗਲੀ ਸੀਗੀ ਉਹ ਆ। ਆਪਾਂ ਪਿੰਡ ਦੇ ਵਿੱਚ 'ਚ ਹੁੰਦੇ ਹੋਏ ਫਿਰ ਪਿੱਪਲ ਵਾਲੇ ਦਰਵਾਜ਼ੇ 'ਤੇ ਆ ਗਏ। ਹੁਣ ਇੱਥੋਂ ਆਪਾਂ ਰਾਈਟ ਸਾਈਡ ਨੂੰ ਟਰਨ ਲਵਾਂਗੇ। ਪਿਆਰੇ ਬੱਚਿਓ, ਗਲੀਆਂ 'ਚ ਪਤੰਗ ਨਾ ਚੜਾਇਆ ਕਰੋ। ਚਲੋ ਚਲੋ ਸਿੱਧਾ ਹੀ ਬਾਈ ਜੀ। ਇਹ ਆ ਗਏ ਆਪਾਂ ਬਰੋਟੇ ਵਾਲੇ, ਇਹਨੂੰ ਕਹਿੰਦੇ ਨੇ ਬਰੋਟੇ ਵਾਲੇ ਕਿਉਂਕਿ ਇੱਥੇ ਬਹੁਤ ਵੱਡਾ ਬਰੋਟਾ ਇਹ। ਹੁਣ ਇਹ ਛੋਟਾ ਲੱਗਦਾ ਹੋਣਾ ਪਰ ਇਹ ਬਹੁਤ ਵੱਡਾ ਬਰੋਟਾ ਸੀਗਾ ਪਹਿਲਾਂ, ਕਿਉਂਕਿ ਪਹਿਲਾਂ ਆਲੇ ਦੁਆਲੇ ਚੁਬਾਰੇ ਨਹੀਂ ਸੀਗੇ ਪੈਸੇ ਲੋਕਾਂ ਦੇ, ਹੈ ਨਾ, ਕੋਠੀਆਂ ਨਹੀਂ ਸੀਗੀਆਂ। ਹੁਣ ਕੋਠੀਆਂ ਕਰਕੇ ਥੋੜ੍ਹਾ ਜਿਹਾ ਛੋਟਾ ਲੱਗਣ ਲੱਗ ਗਿਆ। ਚੱਲ 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 ਜਾਣ ਦੇ ਜਾਣ ਦੇ। ਆਹ ਆ ਗਿਆ ਬਾਈ ਜੀ ਆਪਣਾ ਘਰ। ਉਹ ਗੋਗੋ ਖੜੀ ਆ। ਆ ਜਾਓ ਹੁਣ ਆਪਾਂ ਇੱਕ ਵਾਰੀ ਸਾਰੇ ਪਿੰਡ ਦੇ ਵਿੱਚ ਨਾ ਛੇਤੀ ਛੇਤੀ ਘੁੰਮ ਕੇ ਆਉਂਦੇ ਹਾਂ ਸਾਰੀਆਂ ਗਲੀਆਂ ਦੇ ਵਿੱਚ ਦੀ, ਅਤੇ ਉਦੋਂ ਬਾਅਦ ਵਿੱਚ ਆਪਾਂ ਚੱਲਾਂਗੇ ਗਰਾਊਂਡ ਦੇ ਵਿੱਚ।
ਅਤੇ ਉੱਥੇ ਜਾ ਕੇ ਟੈਂਕੀ ਦੇ ਉੱਪਰ ਚੜ੍ਹਾਂਗੇ ਸਿਖਰ 'ਤੇ, ਅਤੇ ਉੱਥੋਂ ਜਿਹੜਾ ਪਿੰਡ ਦਾ ਵਿਊ ਆਉਂਦਾ ਅਤੇ ਆਲੇ ਦੁਆਲੇ ਖੱਤਿਆਂ ਦਾ ਵਿਊ ਆਉਂਦਾ ਉਹ ਬਹੁਤ ਵਧੀਆ ਆਉਂਦਾ, ਅਤੇ ਉਹਦੇ ਲਈ ਐਂਡ ਤੱਕ ਬਣੇ ਰਿਹੋ। आ गया तू काला सू, मैं बैठा हाँ इस रोड बैठा। आ गया साढ़े पिंड का ठोका, आ गया जिथे मझां दबाउण आउंदे ने, तां स्थान होर बणिया होया, इहदा वी इतिहास, इहदा वी दस्सांगे। इधर आ गईआं पिंड दीआं मड़ियां, इहनूं लै के चलिआ सी तुहानूं ग्राउंड दे विच। अगे साढ़े पिंड दा जिहड़ा नवां सानूं ग्राउंड मिलिआ पिंड दे, इह आ गया ग्राउंड। ਹੁਣ ਅਸੀਂ ਆ ਗਿਆ ਗਰਾਊਂਡ ਦੇ, ਸ਼ਾਮ ਨੂੰ ਵਾਲੀਬਾਲ ਖੇਡਦੇ ਨੇ, ਉਹਨਾਂ ਦਾ ਬਲੌਗ ਤੁਹਾਨੂੰ ਬਣਾਵਾਂਗੇ। ਪੂਰੀ ਫੇਮਸ ਏਰੀਏ ਦੇ ਵਿੱਚ ਰੱਬੋਂ ਦੀ ਟੀਮ ਆ ਜਿਹੜੀ ਵਾਲੀਬਾਲ ਦੀ, ਪੂਰੀ ਫੇਮਸ ਆ, ਉਹ ਵੀ ਦਿਖਾਵਾਂਗੇ ਮੈਚ ਤੁਹਾਨੂੰ ਪੂਰਾ। ਅਤੇ ਇਹ ਆ ਸਾਡੇ ਪਿੰਡ ਦਾ ਗਰਾਊਂਡ, ਜਿੱਥੇ ਕਦੇ ਅਸੀਂ ਫੁੱਟਬਾਲ ਖੇਡਦੇ ਹਾਂ, ਕਦੇ ਅਸੀਂ ਕ੍ਰਿਕਟ ਖੇਡਦੇ ਹਾਂ, ਅਤੇ ਪਿੱਛੇ ਜੇ ਇੱਥੇ ਕਬੱਡੀ ਦਾ ਟੂਰਨਾਮੈਂਟ ਜਿਹੜਾ ਕਿ ਪੰਜਵਾਂ ਕਬੱਡੀ ਦਾ ਟੂਰਨਾਮੈਂਟ ਹੋਇਆ ਸੀਗਾ। ਹੁਣ ਅਸੀਂ ਘੁੰਮ ਰਹੇ ਹਾਂ ਗਰਾਊਂਡ ਦੇ ਵਿੱਚ, ਚੱਗੀ ਚਲਾ ਰਿਹਾ ਮੋਟਰਸਾਈਕਲ, ਕਰਨਾ ਬਚਾਲੇ ਦਾ ਅੱਠਾ ਹੀ ਮੈਨੂੰ ਫੜੀ ਲੈ। ਆਹ ਹੈਗੀ ਪਾਣੀ ਵਾਲੀ ਟੈਂਕੀ, ਜਿਹੜੀ ਸਰਕਾਰ ਉਹ ਪਾਣੀ ਵਾਲੀ ਟੈਂਕੀ ਆ, ਇਹ ਆ ਇਹਦੇ ਉੱਪਰ ਚੜ੍ਹ ਕੇ ਤੁਹਾਨੂੰ ਨਾ ਪਿੰਡ ਦਾ ਲੁੱਕ ਦਿਖਾਵਾਂਗੇ, ਥੋੜ੍ਹਾ ਜਿਹਾ ਵਿਊ ਦਿਖਾਵਾਂਗੇ। ਵੈਸੇ ਖਤਰੇ ਵਾਲਾ ਕੰਮ ਹੀ, ਉੱਤੇ ਚੜ੍ਹਨਾ ਫਿਰ ਵੀ ਚੜ੍ਹਾਂਗੇ ਅਸੀਂ, ਤੁਹਾਨੂੰ ਦਿਖਾਵਾਂਗੇ ਬੋਲਣਾ। ਆਹ ਹੈਗੀ ਸਾਡੇ ਪਿੰਡ ਦੀ ਗੁੱਗਾ ਮਾੜੀ ਦਾ ਥਾਂ, ਸਥਾਨ ਆ ਗੁੱਗਾ ਮਾੜੀ ਦਾ ਸਥਾਨ। ਆਹ ਸਟੇਡੀਅਮ ਆ ਗਿਆ, ਆਹ ਤਰਨੀ ਆ, ਤਰਨੀ ਨੂੰ ਤੁਸੀਂ ਪਿਛਲੇ ਵਲੌਗਾਂ ਚ ਵੀ ਦੇਖਿਆ, ਇਹ ਉਹੀ ਮੁੰਡਾ ਤਰਨੀ ਆ, ਦੇਖੋ ਦੇਖੋ ਪਿੰਡ ਚ ਸਭ ਤੋਂ ਸੋਹਣਾ ਮੁੰਡਾ ਤਰਨੀ ਏ, ਤਾਂ ਹੀ ਉਹ ਮੁੜ ਘੜੀ ਮੇਰੇ ਵਲੌਗਾਂ ਦੇ ਵਿੱਚ ਆ ਜਾਂਦਾ। ਹੁਣ ਚੱਲਿਆ ਮੈਂ ਟੈਂਕੀ ਦੇ ਉੱਪਰ, ਉੱਪਰੋਂ ਤੁਹਾਨੂੰ ਪਿੰਡ ਦਾ ਵਿਊ ਦਿਖਾਊਂਗਾ, ਆਲੇ ਦੁਆਲੇ ਖੱਤਿਆਂ ਦਾ ਵਿਊ ਦਿਖਾਊਂਗਾ, ਬਹੁਤ ਸੋਹਣਾ ਆਉਂਦਾ। ਅਤੇ ਚੱਲਦਿਆਂ ਟੈਂਕੀ ਦੇ ਉੱਪਰ ਨੂੰ ਆ ਜਾਓ, ਇਹ ਆ ਪਿੰਡ ਦੀ ਸਰਕਾਰੂ ਟੈਂਕੀ, ਅਤੇ ਟੈਂਕੀ ਦੇ ਉੱਪਰ ਚੜ੍ਹਾਂਗੇ ਅਤੇ ਉੱਪਰੋਂ ਦਿਖਾਵਾਂਗੇ ਪਿੰਡ ਦਾ ਵਿਊ ਤੁਹਾਨੂੰ ਸਾਰਾ। ਚਲੋ ਟੈਂਕੀ ਦੇ ਉੱਤੇ ਚੜ੍ਹਦੇ ਹਾਂ, ਉੱਪਰੋਂ ਦਿਖਾਉਂਦੇ ਹਾਂ ਵਿਊ ਤੁਹਾਨੂੰ ਸਾਰਾ ਪਿੰਡ ਦਾ।
ਉੱਪਰ ਆ ਗਿਆ ਮੈਂ। ਜਾਂ ਟੈਂਕੀ ਨਵੀਂ ਨਵੀਂ ਬਣੀ ਸੀਗੀ ਉਦੋਂ ਉੱਤੇ ਚੜ੍ਹੇ ਸੀਗੇ, ਉਦੋਂ ਬਾਅਦ 'ਚੋਂ ਅੱਜ ਚੜ੍ਹਿਆ। ਤੂੰ ਵੀ ਉੱਪਰ ਜਾ ਕੇ ਫੇਰ ਤੁਹਾਨੂੰ ਦਿਖਾਉਣਾ ਸਾਰਾ ਪਿੰਡ ਦਾ ਵਿਊ। ਇਸ ਟਾਈਮ ਮੈਂ ਸਿਖਰ ਟੈਂਕੀ ਦੇ ਉੱਪਰ ਆ ਗਿਆ ਅਤੇ ਬਹੁਤ ਡਰਦਾ ਹੈ, ਕਿਉਂਕਿ ਜਿਹੜੇ ਪੈਪ ਪੂਪ ਨੇ ਸਭ ਨਾ ਖਿੰਡੇ ਫਿਰਦੇ ਆ। ਤੁਹਾਨੂੰ ਦਿਖਾਊਂ ਸਾਰੇ ਪਿੰਡ ਦਾ ਵਿਊ ਅਤੇ ਆਹ ਜਾਲ ਖੱਤਿਆਂ ਦਾ ਵਿਊ ਆਪਣੇ ਦਾ, ਬਹੁਤ ਸੋਹਣਾ ਦਿਖ ਰਿਹਾ ਇੱਥੋਂ ਸਾਰਾ ਹੀ, ਆਹ ਬਹੁਤ ਸੋਹਣਾ ਲੱਗ ਰਿਹਾ। ਤੁਹਾਨੂੰ ਵੀ ਦਿਖਾਉਣਾ, ਮੈਂ ਬੈਕ ਕੈਮਰਾ ਕਰਕੇ ਦਿਖਾਉਣਾ ਤੁਹਾਨੂੰ ਵੀ। ਦੇਖੋ ਬਹੁਤ ਸੋਹਣਾ ਵਿਊ ਆ ਰਿਹਾ, ਜਿੱਦਾਂ ਹਰੀ ਹਰੀ ਕਣਕ ਖੜ੍ਹੀ ਆ, ਕਿਤੇ ਕਿਤੇ ਸਰ੍ਹੋਂ ਦੇ ਫੁੱਲ ਨੇ ਪੀਲੇ ਪੀਲੇ ਜੇ, ਸਾਰਾ ਬਹੁਤ ਸੋਹਣਾ ਲੱਗਦਾ। ਇਹ ਆ ਗਰਾਊਂਡ ਦਾ ਵਿਊ ਆ ਸਾਰਾ, ਇਹ ਪਿੰਡ ਦਾ ਗਰਾਊਂਡ ਆ, ਆਹ ਵਾਲੀਬਾਲ ਗਰਾਊਂਡ ਆ ਪਿੰਡ ਦਾ। ਆਹ ਸਾਹਮਣੇ ਪਿੰਡ ਦੀਆਂ ਬੜੀਆਂ ਆ ਗਈਆਂ, ਉਹ ਆ ਗਿਆ ਟੋਬਾ ਪਿੰਡ ਦਾ, ਇੱਥੇ ਆ ਗਿਆ ਬਾਬਾ ਮਾੜੂ ਰਾਮ ਜੀ ਦਾ ਡੇਰਾ। ਇੱਕ ਆਹ ਪਿੰਡ ਦਾ ਟੋਬਾ ਜਿੱਥੇ ਪਿੰਡ ਦਾ ਸਾਰਾ ਗੰਦਾ ਪਾਣੀ ਜਿਹੜਾ ਪਿੰਡ ਦਾ ਉਰੇ ਇਕੱਠਾ ਹੁੰਦਾ, ਉਹ ਉੱਧਰੋਂ ਆਉਂਦਾ, ਨਿੰਮਾਂ ਦੇ ਦਰਵਾਜ਼ੇ ਕੋਲੋਂ ਆਉਂਦਾ, ਉਰੇ ਆ ਕੇ ਇਕੱਠਾ ਹੁੰਦਾ। ਤੇਰਾ ਬਾਈ ਹੋਣੀ ਕਹਿੰਦੇ ਸਾਡੇ ਨਹੀਂ ਵੀ ਕੈਮਰਾ ਮਾਰਦੀ ਰਾ ਵੜਦੇ ਆ। ਆਪਾਂ ਹੇਠਾਂ ਹੋ ਉੱਪਰ ਜਾ ਕੇ ਆਏ ਆਪਾਂ, ਇੱਧਰ ਵੀ ਚੱਲਦੇ ਆਪਾਂ ਗਰਾਊਂਡ ਦੇ ਵਿੱਚ। ਚਲੇ ਹੁਣ ਚੱਲੇ ਅਸੀਂ ਘਰ ਨੂੰ, ਬਾਈ ਨੇ ਜਾਣਾ ਮਲੌਦ ਨੂੰ। ਕਦੇ ਬਾਈ ਕਹਿੰਦਾ ਮੈਂ ਧਾਰਾਂ ਜੋੜੀਆਂ ਨੇ, ਪਤਾ ਨਹੀਂ ਕਰਨਾ ਕੀ ਹੈ ਬਾਈ ਨੇ। ਹਾਂਜੀ, ਬਹੁਤ ਜਲਦੀ ਮਿਲਦੇ ਹਾਂ ਅਗਲੇ ਬਲੌਗ ਦੇ ਵਿੱਚ, ਅਤੇ ਜਿਹਨੇ ਚੈਨਲ ਨਹੀਂ ਸਬਸਕ੍ਰਾਈਬ ਕਰਿਆ ਸਬਸਕ੍ਰਾਈਬ ਕਰ ਲਓ। ਥੈਂਕ ਯੂ।